असलम दोस्तों कैसे हम समीद आप सब ठीक होंगे तो यार मैं काफ़ी बोर हो रहा घर बैठा बैठा तो मैं अपने दोस्त की छत पे आ गया जो इस टाइम कबूतरबाज़ी कर रहा है तो कबूतरबाजी करता है बहुत जोरो शोर से तो यार मैं इधर आ गया हूँ देख सकते हो आप कबूतर सामने तो यार मेरे लिए टाइम स्पेंड करने के लिए सबसे जबरदस्त जगह है ये तो यार मुझे बिल्कुल मेरी कबूतरबाजी आती मैं सिर्फ अपने दोस्तों को देख के खुश रहता हूँ तो यार मैं काफ़ी टाइम मैंने कबूतर पकड़ने की कोशिश की तो आखिरकार मैंने पकड़ ही लिया तो बड़ी मुश्किल से पकड़ा सबसे सुस्त कबूतर यही है जिसको मैंने पकड़ लिया बाकी यार हाथ में नहीं आते मेरे मुझे बहुत अच्छा लगा क्योंकि मैंने काफी मेहनत की इसको पकड़ते हुए तो आप लोग चेक कर सकते हो यार आप लोगों को शायद कबूतरबाजी आपको आती हो तो चेक करो ये कौन सा कबूतर है मुझे कमेंट में जरूर बताना तो यार ये मैं छोड़ने लगा क्योंकि काफी यार छिंगे छुड़गे मार रहा है मेरे से तो वहाँ पे मैं खड़ा ही था तो यार मैंने देखा मेरा दोस्त पुंडी करने आ गया ये अक्सर पुंडी करने यहाँ पर आता है मैं उसको समझाता हूँ कि यार पुंडी शुंडी ना किया अगर पर ये भूडी जरूर करता है यहाँ पर आ तो यार इसकी वजह से हमारा भी नाम खराब होता है इसको हमने समझाया पिछले दिन लामा इसका आया पर इसको हमने समझा दिया किताब नहीं करेंगे ਤੁਸੀਂ ਵੀ ਦੇਖਦੇ ਪਿਓ ਕਿ ਮੇਰਾ ਕਮਜ਼ੋਰ ਯਾਰ ਕੀ ਕਰਦਾ ਪਿਆ ਇਸ ਟਾਈਮ ਮੇਰੇ ਪਿੱਛੇ ਇੱਕ ਯਾਰ ਹੈ ਚੱਲ ਆਇਆ ਪਰ ਮੇਰਾ ਯਾਰ ਕਮਜ਼ੋਰ ਯਾਰ ਹੈ ਇਸ ਟਾਈਮ ਯਾਰ ਚੱਕੀ ਚਲਾਈ ਖੜਾ ਹੈ ਕਿਉਂਕਿ ਇਸ ਟਾਈਮ ਜੋ ਹੈ ਕਬੂਤਰਵਾਸੇ ਰੋਟੀ ਪੀਸਦਾ ਪਿਆ ਇਹ ਮਸ਼ੀਨ ਹੈ ਰੋਟੀ ਜਿੰਦੇ ਵਿੱਚ ਪਾਉਂਦੇ ਸਾਰਾ ਚੂਰਾ ਚੂਰਾ ਬਣ ਕੇ ਥੱਲੇ ਨਿਕਲ ਜਾਂਦੀ ਤੁਹਾਨੂੰ ਮੈਂ ਬਖਾਨਾ ਯਾਰ ਐਂਡ ਤੇ ਇਹ ਦੇਖੋ ਥੋੜਾ ਘੁਮਾਂਦੇ ਹੋਏ ਨੂੰ ਯਾਰ ਯੱਕ ਸਹੀ ਨਹੀਂ ਆਸਾ ਹਾਂ ਫਿਰ ਆ ਕੇ ਨਾ ਜੁਮਣਾ ਲੈਣਾ ਤੁਹਾਨੂੰ ਇਹ ਲੈ ਜਿਵੇਂ ਤੁਸੀਂ ਵੇਖਿਆ ਕਿ ਰੋਟੀ ਛੋਟੀ ਪੀਸੀ ਕੇ ਹੀ ਇਹ ਚੰਗੇ ਤਰੀਕੇ ਨਾਲ ਤਿਆਰ ਵੇਖੋ ਕਿ ਆ ਜਬਰਦਸਤ ਮਸ਼ੀਨ ਹੈ ਯਾਰ ਕਮਾਈ ਚਲੋ ਤਾਂ ਥਲੋਂ ਚੂਰਾ ਹੋ ਜਾਂਦਾ ਤੇ ਯਾਰ ਉੱਤੋਂ ਯਾਰ ਕਬੂਤਰ-ਛਬੂਤਰ ਵੇਦੇ ਵੀ ਉੱਤੋਂ ਇੱਕ ਕਬੂਤਰ ਉੱਡਦਾ ਆ ਕਿਸੇ ਦਾ ਤੇ ਮੇਰਾ ਯਾਰ ਕਹਿੰਦਾ ਯਾਰ ਇਹਨੂੰ ਕਬਜ਼ੇ ਜੇ ਕਰੀਏ ਤੇ ਉਹ ਜਰਾ ਯਾਰ ਛੇਛੂਟ ਪਾਨ ਲੱਗ ਗਿਆ ਅਸੀਂ ਫੇ ਥੱਲੇ ਬੈ ਕੇ ਛੁੱਪ ਗਏ ਕਿਉਂਕਿ ਯਾਰ ਛੱਤ ਤੇ ਰਸ਼ ਵੇਖੇ ਤੇ ਕਬੂਤਰ ਬੰਦਾ ਨਹੀਂ ਹੈ ਤੇ ਅਸੀਂ ਲੁਕ ਗਏ ਤੁਸੀਂ ਵੇਖ ਸਕਦੇ ਸਾਹਮਣੇ ਉੱਡਦਾ ਆ ਤੇ ਮੇਰੇ ਯਾਰ ਕਾਮਯਾਬ ਹੋਇਆ ਦੇ ਘੰਟੇ ਬਾਅਦ ਪੂਰੇ ਤੁਰੋਂ ਮੈਂ ਆਪਣੇ ਦੋਸਤ ਮਕੈਨਿਕ ਕੋਲ ਚਲਾ ਗਿਆ ਕਿਉਂਕਿ ਯਾਰ ਛੋਟਾ ਇਹ ਕੰਮ ਸੀਗਾ ਮੋਟਰਸਾਈਕਲ ਦਾ ਕਰਵਾਉਣਾ ਤੇ ਉਹ ਕੰਮ-ਸ਼ਮ ਕਰਵਾਇਆ ਕਾਫੀ ਟਾਈਮ ਇੱਥੇ ਵੀ ਲੱਗ ਗਿਆ ਸਾਡਾ ਕਿਉਂਕਿ ਯਾਰ ਹਾਲਕ ਸਪੈਨਦੀ ਇਹ ਮੋਟਰਸਾਈਕਲ ਦਾ ਕੰਮ ਕਰਾਉਣ ਦਾ ਦਿਲ ਨਹੀਂ ਕਰਦਾ ਕਿਉਂਕਿ ਦੋ-ਦੋ ਤਿੰਨ-ਤਿੰਨ ਘੰਟੇ ਉੱਥੇ ਜਾ ਕੇ ਬਹਿਣਾ ਪੈਂਦਾ ਜਦੋਂ ਮੋਟਰਸਾਈਕਲ ਖਿਲਵਾ ਲੇ ਤੇ ਪੂਰਾ ਦਿਨ ਨਿਕਲ ਜਾਂਦਾ ਯਾਰ ਨਾਲ ਜਿਹੜੀ ਸ਼ਹਿਰ ਦੇ ਪੈਸੇ ਲੱਗੇ ਤੁਹਾਨੂੰ ਪਤਾ ਵੈਸੇ ਤੁਹਾਡੇ ਪਰਾਂ ਦੇ ਦਿਲ ਖਿਰਾ ਜਾਂਦਾ ਤੇ ਇਸ ਵਾਸਤੇ ਯਾਰ ਮੇਰਾ ਇੱਥੇ ਆਉਂਦਾ ਬਿਲਕੁਲ ਨਹੀਂ ਦਿਲ ਨਹੀਂ ਕਰਦਾ ਤੇ ਯਾਰ ਸ਼ੁਕਰ ਹੈ ਸ਼ੁਕਰ ਹੈ ਸਾ الله حافظ